ਡੇਰਾ ਬਾਬਾ ਨਾਨਕ ਅਤੇ ਜਲੰਧਰ ਦੀ ਟੀਮ ਪੰਜਾਬ ਸੈਂਟਰ ਸਿੰਧੀ ਵੱਲੋਂ ਔਨਲਾਈਨ ਕੈਂਪ ਲਗਾਇਆ ਗਿਆ ਹੈ। ਆਓ ਅਸੀਂ ਇਹਨਾਂ ਦੇ ਡਾਕਟਰਾਂ ਦੀ ਟੀਮ ਪਹੁੰਚੀ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਓ ਜੋ ਖੂਨ ਦਾ ਦਾਨ ਕਰ ਰਹੇ ਹਨ, ਔਨਲਾਈਨ ਖੂਨ ਦਾਨ, ਆਓ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਇਹਦਾ ਮਤਲਬ ਇਹ ਹੈ ਜੀ ਕਿ ਜਿਵੇਂ ਮੈਂ ਖੂਨਦਾਨ ਕਰ ਦਿੱਤਾ ਵਾ, ਇਹਨਾਂ ਨੂੰ 6 ਮਹੀਨੇ ਦਾ ਸਾਲ 'ਚ ਕਦੇ ਵੀ ਲੋੜ ਪੈਂਦੀ ਹੈ ਅਤੇ ਸਰਟੀਫਿਕੇਟ ਦਿਖਾ ਕੇ ਦੁਬਾਰਾ ਮੈਂ ਖੂਨ ਨਹੀਂ ਲਾ ਸਕਦੇ ਜਦੋਂ ਇਹਨਾਂ ਨੂੰ ਜ਼ਰੂਰਤ ਕਰਦਾ। ਹਾਂ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਖੂਨਦਾਨ ਕਰ ਰਹੇ ਹੋ, ਬਹੁਤ ਵਧੀਆ, ਕਿਉਂਕਿ ਕਿਸੇ ਦੀ ਜਾਨ ਬਚਾਉਣਾ, ਕਿਸੇ ਦਾ ਜੀਵਨ ਬਚਾਉਣਾ, ਇਹਦੇ ਬਾਰੇ ਖੂਨਦਾਨ ਬਾਰੇ। ਖੂਨਦਾਨ ਇੱਕ ਮਹਾਨ ਕਲਿਆਣ ਹੈ, ਸਭ ਨੂੰ ਦੇਣਾ ਚਾਹੀਦਾ, ਕਿਸੇ ਦਾ ਜੀਵਨ ਆਪਣੇ ਦੇਣ ਨਾਲ ਕਿਸੇ ਦਾ ਜੀਵਨ ਬਚ ਰਿਹਾ ਤਾਂ ਇਹ ਤੋਂ ਵੱਡਾ ਕਮਾਲ ਹੈ, ਹੋਰ ਵੀ ਹੋ ਗਿਆ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਨੂੰ ਇੱਥੇ ਇੱਕ ਜਗ੍ਹਾ ਮਿਲੀ ਜੋ ਕਿ ਖੂਨਦਾਨ ਕੈਂਪ ਕਰਨ ਦਾ ਮੌਕਾ ਮਿਲਿਆ। ਸਾਨੂੰ ਅੱਜ ਦਾ ਬਲੱਡ ਜਲੰਧਰ ਅਤੇ SCST ਬੈਂਕ ਦੇ ਸਹੀ ਹੋਣ ਅਸੀਂ ਖੂਨਦਾਨ ਕੈਂਪ ਇੱਥੇ ਲਗਾਇਆ, ਔਰ ਇੱਥੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਵੱਧ ਚੜ੍ਹ ਕੇ ਪਾਰਟੀਸਪੇਟ ਕਰ ਰਹੇ ਆ। ਸਾਡੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਸਾਡੇ ਬਲੱਡ ਡੋਨੇਸ਼ਨ ਕੈਂਪ ਦੀ ਥੈਲੀਸੀਮੀਆ ਦੇ ਪੀੜਿਤ ਬੱਚਿਆਂ ਨੂੰ ਦਿੱਤੇ ਆ, ਅਤੇ ਉਹ ਬਿਮਾਰੀ ਹੈ ਕਿ ਜਿਹਦੇ 'ਚ ਬੱਚਿਆਂ ਨੂੰ ਆਪਣਾ ਖੂਨ ਨਹੀਂ ਬਣਦਾ, ਉਹ ਡਾਕਟਰਾਂ ਦੇ ਖੂਨ 'ਤੇ ਨਿਰਭਰ ਹੈ। ਜਿਹੜੇ ਵੀ ਉੱਤੇ ਜਿਹੜੇ ਸਾਡੇ ਲਾਈਫ ਨਾਲ ਜੀਤ ਰਹੇ ਹਨ, ਬਲੱਡ ਬੈਂਕ ਸਰਕਾਰੀ ਬਲੱਡ ਬੈਂਕਾਂ 'ਚ ਜਾ ਕੇ ਥੈਲੀਸੀਮੀਆ ਜ਼ਰੂਰ ਕਰਿਆ ਕਰੋ, ਤਾਂ ਜੋ ਇਹ ਜਿਹੜੇ ਸਾਡੀ ਸੇਵਾ ਦਿੱਤੀ ਜਾ ਸਕੇ, ਸਾਰਿਆਂ ਨੂੰ ਪਤਾ ਲੱਗੇ ਇਸ ਬਾਰੇ, ਹੋਰ ਲੋਕੀ ਵੱਧ ਚੜ੍ਹ ਕੇ ਸਮਾਜ ਪੜ੍ਹ। ਆਪਣਾ ਖੂਨਦਾਨ ਕੀਤਾ, ਮੈਂ ਹਸਪਤਾਲ ਨੂੰ ਸਰਵਿਸ ਕਰਦਾ ਹਾਂ ਅਤੇ ਮੇਰੇ
ਗੁਰਦੁਆਰੇ ਨੂੰ ਮਿੱਤਰ ਨੇ ਜਿਹੜੇ ਜਲੰਧਰ ਤੋਂ ਆਏ ਨੇ, ਕਿਉਂਕਿ ਪਹਿਲਾਂ ਮੈਂ 14 ਸਾਲ ਜਲੰਧਰ ਵਿੱਚ ਸਰਵਿਸ ਕੀਤੀ ਆ, ਇਹਨਾਂ ਨੇ ਮੈਨੂੰ ਰਿਵਾਈਜ਼ ਕੀਤਾ ਜਾਂ 70 ਪਿੰਡਾਂ ਦੇ ਵਿੱਚ ਮੈਂ ਜਾ ਕੇ ਅਤੇ ਪੈਂਪਲੇਟ ਵੀ ਵੰਡੇ ਨੇ ਅਤੇ ਬਹੁਤ ਵਧੀਆ ਉੱਥੇ ਕੰਮ ਚੱਲ ਰਿਹਾ ਵਾ। ਵਾਹਿਗੁਰੂ ਜੀ ਕਾ ਖਾਲਸਾ। इंडिया क्राइम न्यूज़, जुर्म के